ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਸਨੀ, ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਆਪਣੇ ਇਸ ਯੂਟਿਊਬ ਚੈਨਲ ਕਿੰਗ ਕਬੱਡੀ 'ਤੇ। ਸੋ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਿੰਡ ਫੁੱਲਾਂਵਾਲ ਦੇ ਕਬੱਡੀ ਕੱਪ ਦੇ ਬਾਰੇ। ਅਤੇ ਦੋਸਤੋ, ਇਹ ਕਬੱਡੀ ਕੱਪ ਦੇ ਉੱਤੇ ਬੈਸਟ ਰੇਡਰ ਅਤੇ ਜਾਫੀ ਨੂੰ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਸੀ, ਪਰ ਦੋਸਤੋ ਹੁਣ ਇਹ ਕਬੱਡੀ ਕੱਪ ਨਹੀਂ ਹੋਵੇਗਾ, ਕੈਂਸਲ ਕਰ ਦਿੱਤਾ ਗਿਆ। ਅਤੇ ਦੋਸਤੋ, ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਿ ਇਹ ਕਬੱਡੀ ਕੱਪ ਹੁਣ ਕਦੋਂ ਹੋਵੇਗਾ ਅਤੇ ਇਸ ਵਾਰ ਇਸ ਕਬੱਡੀ ਕੱਪ ਦੇ ਉੱਤੇ ਕੀ ਕੁਝ ਖਾਸ ਹੋਵੇਗਾ। ਤਾਂ ਦੋਸਤੋ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ। ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਇੱਕ ਰਿਕੁਐਸਟ ਆ ਕਿ ਜੇਕਰ ਤੁਸੀਂ ਨੇ ਹਾਲੇ ਤੱਕ ਆਪਣੇ ਇਸ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ, ਤਾਂ ਜੋ ਤੁਹਾਨੂੰ ਸਾਡੀਆਂ ਅੱਗੇ ਤੋਂ ਆਉਣ ਵਾਲੀਆਂ ਇਸੇ ਤਰ੍ਹਾਂ ਦੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਸਾਰਿਆਂ ਤੋਂ ਪਹਿਲਾਂ। ਤਾਂ ਚਲੋ ਦੋਸਤੋ, ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਪਿੰਡ ਫੁੱਲਾਂਵਾਲ ਦਾ ਕਬੱਡੀ ਕੱਪ ਮਿਤੀ 13 ਮਾਰਚ 2022 ਦਿਨ ਐਤਵਾਰ ਨੂੰ ਕਰਵਾਇਆ ਜਾਣਾ ਸੀ। ਅਤੇ ਦੋਸਤੋ, ਇਸ ਕਬੱਡੀ ਕੱਪ ਦੇ ਉੱਤੇ ਬੈਸਟ ਰੇਡਰ ਅਤੇ ਜਾਫੀ ਨੂੰ ਲੰਡੀਆਂ ਜੀਪਾਂ ਦਿੱਤੀਆਂ ਜਾਣੀਆਂ ਸੀ, ਪਰ ਦੋਸਤੋ ਹੁਣ ਇਹ ਕਬੱਡੀ ਕੱਪ ਨਹੀਂ ਹੁੰਦਾ। ਅਤੇ ਦੋਸਤੋ, ਇਹ ਕਬੱਡੀ ਕੱਪ ਪਿੰਡ ਫੁੱਲਾਂਵਾਲ ਦਾ ਮਿਤੀ 28 ਮਾਰਚ 2022 ਨੂੰ ਕਰਵਾਇਆ ਜਾਵੇਗਾ। ਅਤੇ ਦੋਸਤੋ ਹੁਣ ਇਹ ਕਬੱਡੀ ਕੱਪ ਦੇ ਉੱਤੇ ਮੇਜਰ ਲੀਗ ਫੈਡਰੇਸ਼ਨ ਦੀਆਂ ਚੋਟੀ ਦੀਆਂ 8 ਕਲੱਬਾਂ ਦੇ ਮੈਚ ਕਰਵਾਏ ਜਾਣਗੇ। ਅਤੇ ਪਹਿਲਾ ਇਨਾਮ ਹੋਵੇਗਾ ਇਸ ਟੂਰਨਾਮੈਂਟ ਦਾ 2.5 ਲੱਖ ਰੁਪਇਆ, ਅਤੇ ਦੂਸਰਾ ਇਨਾਮ ਹੋਵੇਗਾ 2 ਲੱਖ ਰੁਪਇਆ, ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 1-1 ਲੱਖ ਰੁਪਏ ਦੀ ਨਗਦ ਰਾਸ਼ੀ ਦਿੱਤੀ ਜਾਵੇਗੀ। ਅਤੇ ਸੈਮੀਫਾਈਨਲ ਦੇ ਬੈਸਟ ਰੇਡਰਾਂ ਅਤੇ ਜਾਫੀਆਂ ਨੂੰ ਮੋਟਰਸਾਈਕਲਾਂ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ। ਅਤੇ ਦੋਸਤੋ, ਇਹ ਕਬੱਡੀ ਕੱਪ ਲਾਈਵ ਚੱਲੇਗਾ ਕਬੱਡੀ ਸਪੋਰਟਸ ਲਾਈਵ .com ਦੇ ਅਫੀਸ਼ਲ ਯੂਟਿਊਬ ਚੈਨਲ ਦੇ ਉੱਤੇ। ਸੋ ਦੋਸਤੋ, ਇਹ ਸੀਗੀ ਇਸ ਕਬੱਡੀ ਕੱਪ ਦੇ ਬਾਰੇ ਜਾਣਕਾਰੀ। ਉਮੀਦ ਕਰਦੇ ਹਾਂ ਤੁਹਾਨੂੰ ਇਹ ਸਾਡੀ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤਾਂ ਦੋਸਤੋ, ਮਿਲਦੇ ਹਾਂ ਨਵੀਂ ਵੀਡੀਓ ਦੇ ਨਾਲ। ਧੰਨਵਾਦ ਜੀ।